पार्टी आप हमायत दी सी आम आदमी पार्टी ने। उस तो बाद साढ़े जिहड़े एम एल ए सी जगतार सिंह जग्गा हिस्सोवाल वो पार्टी को छड्ड गए सी ते लोगों को उहदे नाल काफ़ी मतलब महसूस होया ते हुण मेरा तो ख्याल नहीं भाई लोग इस पार्टी से भी विश्वास कर इलाके काम तो कोई वो बहुत करा नहीं सके लोगों की मंग अनुसार जो उन्होंने वादे किए से नहीं पूरे कर सके। पार्टी पंजाब च आउंदी आ तुहानूं लगदा पंजाब दा भला कर सकदी है? कोई भला नहीं करना उन्होंने की भला कर दू पंजाब च आके उह समझा ना बिल्कुल नहीं ये तो सब्ज बाग दिखाउंदे आ जी सानूं। मुख्यमंत्री का जोड़ा है वह वादे भी कर रहे हैं नोटिफिकेशन भी करते लेकिन कुछ भी आए अमली जमा तो होया नहीं है इसलिए लोग ये चाहते हैं भी कितने बयानबाजी ना रह जाए। अकाली दल तो इतने हजे तक ऐलान ही नहीं होया जी अकाली दल का अकाली दल को बंदा ही है नहीं पी इतने जो हलका इंचार्ज ला दी हजे तक हलका इंचार्ज ही नहीं लगे अकाली दल का। रायकोट की गल करिए अकाली दल कितने खलोता अकाली दल तो खत्म ही आई हम रायकोट च ਸਾਡੀ ਕੋਈ ਇੱਥੇ ਸੁਣਵਾਈ ਹੋਈ ਆ ਸਾਨੂੰ ਤਾਂ ਐਮ ਐਲ ਏ ਸਾਹਿਬ ਲੱਭੇ ਹੀ ਨਹੀਂ ਕਿਤੇ ਅਸੀਂ ਤਾਂ ਜੇ ਲੱਭਦੇ ਵੀ ਤਾਂ ਰੈਕ ਉਹਦਾ ਹਲਕੇ ਦੇ ਵਿੱਚ ਕਾਂਗਰਸ ਬੰਦੇ ਲੱਭਦੇ ਆ ਸਾਨੂੰ ਇੱਥੇ ਜੋ ਵੀ ਸਥਿਤੀ ਆ ਜਾਣੀ ਕਿ ਕਾਂਗਰਸ ਹੀ ਮਿਲੂਗੀ ਇਹ ਤਾਂ ਅੱਗੇ ਵੱਧ ਨਹੀਂ ਸਕਦੇ ਕੰਮ ਤਾਂ ਕੋਈ ਕਰਦੇ ਨਹੀਂ ਗੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਨਾ ਕਿਸੇ ਦੇ ਨਾਲ ਤੁਰਦੇ ਆ ਨਾ ਕਿਸੇ ਨੂੰ ਇਹ ਸਹਾਇਤਾ ਦਿੰਦੇ ਆ। ਆਮ ਆਦਮੀ ਪਾਰਟੀ ਕਹਿੰਦੀ ਪੰਜਾਬ 'ਚ ਸਰਕਾਰ ਬਣਾਵਾਂਗੇ ਤੁਹਾਨੂੰ ਲੱਗਦਾ ਪਾਰਟੀ ਨਹੀਂ ਉਹਦੀ ਸਰਕਾਰ ਨਹੀਂ ਬਣ ਸਕਦੀ ਇੰਨਾ ਪੱਕਾ ਵਾ ਸਰਕਾਰ ਬਣੂਗੀ ਕਾਂਗਰਸ ਨੂੰ ਕਹਿ ਰਿਹਾ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ 22 ਦੀਆਂ ਚੋਣਾਂ ਦੇ ਵਿੱਚ ਭਗਵੰਤ ਮਾਨ ਵੀ ਵੱਡੇ ਵੱਡੇ ਦਾਅਵੇ ਕਰ ਰਿਹਾ ਤੁਹਾਨੂੰ ਲੱਗਦਾ ਹੈ ਕਾਮਯਾਬ ਹੋਊਗੀ ਆਮ ਆਦਮੀ ਪਾਰਟੀ? ਨਹੀਂ 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 ਉਹ ਤਾਂ ਫੋਕੇ ਦਾਅਵੇ ਹੀ ਹੈ ਜੀ ਉਹਨਾਂ ਦੇ ਉਹ ਕਿੱਥੇ ਇੰਨੇ ਕਾਮਯਾਬ ਵਾਲੇ ਦਿੱਲੀ ਛੱਡ ਕੇ ਇੱਥੇ ਆ ਕੇ ਪੰਜਾਬ 'ਚ ਕੀ ਲੱਭਦੇ ਆ ਜੇ ਘਰ ਨੂੰ ਆਏ ਪੰਜਾਬ 'ਚ ਪੰਜਾਬ 'ਚ ਵੋਟਾਂ ਬਟੋਰਨ ਆਇਆ ਵਾ ਹੋਰ ਕੀ ਕਰਨਾ ਇਹਨਾਂ ਨੇ ਇਹਨਾਂ ਨੂੰ ਕੁਛ ਨਹੀਂ ਮਿਲਣਾ ਇੱਥੇ ਇੱਥੇ ਸਭ ਤੋਂ ਜ਼ਿਆਦਾ ਕਾਂਗਰਸ ਮਜ਼ਬੂਤ ਆ ਚੰਨੀ ਮਜ਼ਬੂਤ ਆ ਪਹਿਲਾਂ 20 ਸੀਟਾਂ ਲੈ ਕੇ ਜੀ ਇੱਕ ਹੀ 20 ਵੀ ਨਹੀਂ ਮਿਲਦੀ अगे विरोधी दर च बह गए थे एक ही तो विरोधी दर च भी बैठन योग नहीं है कहने तो मैं कही जाऊंगा जी भी मैं आ कर दूँ जो करे तो होगा ना जिम्मे हम कर जोड़ा नहीं साढ़े चार साल के चार महीनों के कम हो लगे जे लोग अच्छ चाहते कांग्रेस में रिपीट मार चली है तो इस करके ही है ना जो विकास होया जो कम होया दिखता भी आ ग्राउंड लैवल पर भी आ राजे वगू नहीं भी उपर लैवल किते जो चन्नी साहब ने किया थले तो लैके ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਮੈਂ ਜਗਤਾਰ ਮਾਲਾ ਹਾਲ ਹਲਕੇ ਦਾ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤੁਹਾਡੇ ਰੂਬਰੂ ਹੋਏ ਹਾਂ ਜ਼ਿਲ੍ਹਾ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਰਾਏਕੋਟ ਵਿਖੇ ਮੌਜੂਦ ਹਾਂ ਰਾਏਕੋਟ ਦੀ ਸਿਆਸਤ ਦੀ ਗੱਲ ਕਰੀਏ ਤਾਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ ਨੂੰ ਰਾਏਕੋਟ ਵਾਸੀਆਂ ਨੇ ਐਮ ਐਲ ਏ ਬਣਾਇਆ ਸੀ 2022 ਦੀਆਂ ਚੋਣਾਂ ਦੁਬਾਰਾ ਆ ਰਹੀਆਂ ਨੇ ਕਾਫੀ ਚੋਣ ਸਰਗਰਮੀਆਂ ਜਿਹੜੀਆਂ ਤੇਜ਼ ਨਜ਼ਰ ਆ ਰਹੀਆਂ ਅੱਜ ਹਲਕੇ ਦੇ ਲੋਕਾਂ ਦਾ ਰਾਏਕੋਟ ਵਾਸੀਆਂ ਨਾਲ ਗੱਲਬਾਤ ਕਰਾਂਗੇ 2022 ਦੇ ਵਿੱਚ ਕਿਹੜਾ ਐਮ ਐਲ ਏ ਚਾਹੁੰਦੇ ਨੇ ਤੇ ਨਵੇਂ ਐਮ ਐਲ ਏ ਤੋਂ ਕਿਸ ਤਰ੍ਹਾਂ ਦੀਆਂ ਉਮੀਦਾਂ ਰੱਖਦੇ ਨੇ ਆਓ ਚੱਲਦੇ ਹਾਂ ਰਾਏਕੋਟ ਵਾਸੀਆਂ ਦੇ ਨਾਲ ਗੱਲਬਾਤ ਕਰਾਂਗੇ ਵਿਧਾਨਸਭਾ ਹਲਕਾ ਰਾਏਕੋਟ ਵਿੱਚ ਮੌਜੂਦ ਹਾਂ ਕੁਝ ਬਜ਼ੁਰਗ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਕਿਹੜਾ ਪਿੰਡ ਅਤੇ ਕਿਹੜਾ ਹਲਕਾ ਹੈ ਜੀ ਮੇਰਾ ਨਾਂ ਸੁਰਜੀਤ ਸਿੰਘ ਆ ਜੀ ਸਾਬਕਾ ਸਰਪੰਚ ਬਡੇਲ ਰਾਏਕੋਟ ਵਿਧਾਨ ਸਭਾ ਹਲਕਾ ਸਰਪੰਚ ਸਾਹਿਬ ਜੇ ਗੱਲ ਕਰੀਏ ਤੁਸੀਂ ਦੱਸਿਆ ਕਿ ਤੁਸੀਂ ਸਾਬਕਾ ਸਰਪੰਚ ਹੋ ਅਤੇ ਤੁਹਾਡੇ ਹਲਕੇ ਦੀ ਗੱਲ ਕਰੀਏ ਰਾਏਕੋਟ ਦੀ ਤਾਂ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਸਰਗਰਮੀਆਂ ਤਾਂ ਹੁਣ ਚੋਣਾਂ ਨੂੰ ਲੈ ਕੇ ਹੀ ਚੱਲਦੀਆਂ ਜੀ ਇੱਕ ਦੂਜੇ ਦਾ ਆਪਦਾ ਜ਼ੋਰ ਲਾਇਆ ਹੋਇਆ ਸਮਝਿਆ ਨਾ ਅਤੇ ਬਹੁਤ ਕੋਸ਼ਿਸ਼ ਕਰ ਰਹੇ ਆ ਇੱਕ ਦੂਜੇ ਨੂੰ ਪਿੱਛੇ ਧੱਕਣ ਦੀ ਸਮਝਿਆ ਨਾ ਕਿਹੜੀ ਪਾਰਟੀ ਤੁਹਾਡੇ ਰਾਏਕੋਟ ਹਲਕੇ ਤੋਂ ਜਿਹੜੀ ਆ ਜ਼ਿਆਦਾ ਸਰਗਰਮ ਨਜ਼ਰ ਆ ਰਹੀ ਆ ਜ਼ਿਆਦਾ ਸਰਗਰਮ ਤਾਂ ਕਾਂਗਰਸ ਹੀ ਆ ਰਹੀ ਆ ਜੀ ਕਿਉਂਕਿ ਕੋਈ ਵੀ ਪਾਰਟੀ ਆ ਉਹਦੇ ਵਿੱਚ ਵੀ ਮਤਲਬ ਹੁਣ ਜੇ ਆਮ ਆਦਮੀ ਪਾਰਟੀ ਨੂੰ ਦੇਖੀਏ ਇਹਦੇ 'ਚ ਵੀ ਹਲਕੇ ਦਾ ਹਲੇ ਕਲੀਅਰ ਨਹੀਂ ਹੈ ਵੀ ਕਿੰਨੇ ਕੈਂਡੀਡੇਟ ਆ ਸਮਝਿਆ ਨਾ ਵੱਖਰੇ ਵੱਖਰੇ ਮਤਲਬ ਗਰੁੱਪ ਬਣਾ ਕੇ ਚੱਲੇ ਹੋਏ ਆ ਕੋਈ ਇਹਨਾਂ ਦਾ ਕੋਈ ਏਕਾ ਨਹੀਂ ਲੱਗਦਾ ਮੈਨੂੰ
ਤੁਸੀਂ ਦੱਸਿਆ ਕਿ ਕਾਂਗਰਸ ਤੁਹਾਡੇ ਹਲਕੇ ਤੋਂ ਸਰਗਰਮ ਹੈਗੀ ਆ, ਕੀ ਕਾਰਨ ਆ ਜਿਹੜੀ ਕਾਂਗਰਸ ਸਰਗਰਮ ਹੈ ਤੁਹਾਡੇ ਹਲਕੇ ਦੇ ਵਿੱਚ? ਕਾਰਨ ਤਾਂ ਇਹ ਆ ਜੀ, ਇੱਥੇ ਜਿਹੜਾ ਮਤਲਬ ਹੁਣ ਐਮ ਪੀ ਸੀਗੇ ਸਾਡੇ ਹਲਕੇ ਦੇ ਸਰ ਅਮਰ ਸਿੰਘ, ਨਹੀਂ ਐਮ ਪੀ ਅਮਰ ਸਿੰਘ ਸੀਗੇ, ਡਾਕਟਰ ਅਮਰ ਸਿੰਘ, ਉਹ ਆਪਣੇ ਲੜਕੇ ਨੂੰ ਇੱਥੇ ਮਤਲਬ ਜ਼ੋਰ ਲਾ ਰਹੇ ਆ ਸੀਟ 'ਤੇ ਟਿਕਟ ਲਾਉਣ ਦਾ, ਸਮਝਾ ਨਾ, ਇਹਦੇ ਵਿੱਚ ਆ ਕੇ ਕੋਸ਼ਿਸ਼ ਕਰਨਗੇ ਵੀ ਉਹ ਆਪਣੀ ਮਤਲਬ ਪੂਰੀ ਸਰਗਰਮੀ ਦਿਖਾਉਣਗੇ ਲੋਕਾਂ ਨੂੰ, ਕੋਈ ਵੀ ਮਤਲਬ ਵਾਅਦੇ ਕਰ ਸਕਦੇ ਆ, ਕੁਛ ਵੀ ਕਰ ਸਕਦੇ ਆ, ਵੋਟਾਂ ਲੈਣ ਖਾਤਰ ਕੀ ਨਹੀਂ ਹੁੰਦਾ, ਸਮਝਾ ਨਾ, ਅਤੇ ਇਸ ਕਰਕੇ ਮੈਨੂੰ ਨਹੀਂ ਜਾਪਦਾ ਵੀ ਕੋਈ ਹੋਰ ਕੋਈ ਪਾਰਟੀ ਸਰਗਰਮ ਆ। ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਕੇਜਰੀਵਾਲ ਜਿਵੇਂ ਭਗਵੰਤ ਮਾਨ ਕਹਿ ਰਿਹਾ ਕਿ ਅਸੀਂ 22 ਦੇ ਵਿੱਚ ਸਰਕਾਰ ਬਣਾਉਣੀ ਪੰਜਾਬ ਦੇ ਵਿੱਚ, ਤੁਹਾਡੇ ਹਲਕੇ ਦੀ ਸਥਿਤੀ ਨੂੰ ਲੈ ਕੇ ਕਿਸ ਤਰ੍ਹਾਂ ਲੱਗਦਾ ਤੁਹਾਨੂੰ? ਨਹੀਂ, ਸਾਡੇ ਹਲਕੇ 'ਚ ਤਾਂ ਅਸੀਂ ਇਹ ਕਹਾਂਗੇ ਵੀ ਜਦੋਂ ਪਹਿਲਾਂ ਅਸੀਂ ਖੁਦ ਵੀ ਮਤਲਬ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖਦੇ ਹੋਏ, ਅਸੀਂ ਆਪ ਹਮਾਇਤ ਦਿੱਤੀ ਸੀ ਆਮ ਆਦਮੀ ਪਾਰਟੀ ਨੂੰ। ਉਸ ਤੋਂ ਬਾਅਦ ਸਾਡੇ ਜਿਹੜੇ MLA ਸੀ ਜਗਤਾਰ ਸਿੰਘ ਜੱਗਾ ਹਿੱਸੋਵਾਲ, ਉਹ ਪਾਰਟੀ ਨੂੰ ਛੱਡ ਗਏ ਸੀ, ਅਤੇ ਲੋਕਾਂ ਨੂੰ ਉਹਦੇ ਨਾਲ ਕਾਫੀ ਮਤਲਬ ਮਹਿਸੂਸ ਹੋਇਆ, ਅਤੇ ਹੁਣ ਮੇਰਾ ਤਾਂ ਖਿਆਲ ਨਹੀਂ ਬਈ ਲੋਕ ਇਸ ਪਾਰਟੀ 'ਤੇ ਵੀ ਵਿਸ਼ਵਾਸ ਕਰਨਗੇ। ਤੁਹਾਨੂੰ ਕੀ ਲੱਗਦਾ ਆ ਕੀ ਗਤੀਵਿਧੀਆਂ ਰਹੀਆਂ ਆਮ ਆਦਮੀ ਪਾਰਟੀ ਦੀਆਂ ਜਿਹੜੇ ਜਗਤਾਰ ਸਿੰਘ ਜੱਗਾ ਸੀ ਆਮ ਆਦਮੀ ਛੱਡ ਕੇ ਕਾਂਗਰਸ ਜਾ ਵੜੇ? ਗਤੀਵਿਧੀਆਂ ਤਾਂ ਆ ਜੀ, ਇੱਥੇ ਸਾਡੇ ਹੁਣ ਮਤਲਬ ਸਰਕਾਰ ਕਾਂਗਰਸ ਦੀ ਆ, MLA ਜਿਹੜੇ ਸੀਗੇ ਉਹ ਆਮ ਆਦਮੀ ਪਾਰਟੀ ਦੇ ਸੀਗੇ, ਇਸ ਕਰਕੇ ਉਹਨਾਂ ਨੂੰ ਮਤਲਬ ਜੋ ਫੰਡ 'ਚ ਮਿਲਦੇ ਆ ਸਰਕਾਰ ਵੱਲੋਂ ਉਹਨਾਂ 'ਚ ਕਮੀ ਰਹਿ ਗਈ। ਇਲਾਕੇ 'ਚ ਕੰਮ ਤਾਂ ਕੋਈ ਉਹ ਬਹੁਤੇ ਕਰਾ ਨਹੀਂ ਸਕੇ, ਲੋਕਾਂ ਦੀ ਮੰਗ ਅਨੁਸਾਰ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਨਹੀਂ ਪੂਰੇ ਕਰ ਸਕੇ। ਉਸ ਤੋਂ ਬਾਅਦ ਜੋ ਵੀ ਹੋਇਆ ਉਹਨਾਂ ਦਾ ਆਪਸੀ ਪਾਰਟੀ ਦੇ, ਆਮ ਆਦਮੀ ਪਾਰਟੀ ਪੰਜਾਬ 'ਚ ਆਉਂਦੀ ਆ, ਤੁਹਾਨੂੰ ਲੱਗਦਾ ਪੰਜਾਬ ਦਾ ਭਲਾ ਕਰ ਸਕਦੀ ਆ? ਕੋਈ ਭਲਾ ਨਹੀਂ ਕਰਨਾ ਉਹਨਾਂ ਨੇ, ਕੀ ਭਲਾ ਕਰ ਦੂ ਪੰਜਾਬ 'ਚ ਆ ਕੇ ਉਹ, ਸਮਝਾ ਨਾ, ਬਿਲਕੁਲ ਨਹੀਂ। ਇਹ ਤਾਂ ਸਬਜ਼ ਬਾਗ ਦਿਖਾਉਂਦੇ ਆ ਜੀ ਸਾਨੂੰ, ਸਮਝਾ ਨਾ, ਅਤੇ ਪਾਰਟੀ ਤਾਂ ਕੋਈ ਵੀ ਆ, ਹੁਣ ਜੇ ਆਪਾਂ ਦੇਖੀਏ ਤਾਂ ਮੈਂ ਲਾਰੇ ਲਾ ਕੇ ਤੁਰ ਜਾਂਦੇ ਆ, ਕੀ ਕੀਤਾ ਹੁਣ ਸਾਰੇ ਜਿਹੜੇ ਇੱਧਰ ਉੱਧਰ, ਹੁਣ ਕਾਂਗਰਸ ਪਾਰਟੀ ਦੀ ਸਰਕਾਰ ਆ, ਇਹਦੇ 'ਚ ਵੀ ਲੋਕ ਧੱਕੇ ਖਾਂਦੇ ਫਿਰਦੇ ਆ, ਸਾਰੇ ਬੱਚੇ। ਤੁਹਾਡੇ ਹਲਕੇ ਦੀ ਗੱਲ ਕਰੀਏ, ਤੁਹਾਡੇ ਹਲਕੇ ਰਾਏਕੋਟ ਦੀ ਗੱਲ ਕਰੀਏ, ਤਾਂ ਤੁਹਾਨੂੰ ਲੱਗਦਾ ਆ ਕਿਉਂਕਿ ਸਿਆਸਤ ਦੇ ਵਿੱਚ ਤਜਰਬਾ ਹੋਏਗਾ ਤੁਹਾਡਾ, ਉਮਰ ਦੇ ਹਿਸਾਬ ਨਾਲ ਤਜਰਬਾ ਹੋਏਗਾ, ਤੁਹਾਡੇ ਰਾਏਕੋਟ ਹਲਕੇ ਦੇ ਲੋਕ ਜਿਹੜੇ ਆ 2022 ਦੀਆਂ ਚੋਣਾਂ ਵਿੱਚ ਕਿਹੜੀ ਪਾਰਟੀ ਨੂੰ ਜ਼ਿਆਦਾ ਪਸੰਦ ਕਰ ਰਹੇ ਆ? ਦੇਖੋ ਜੀ, ਲੋਕਾਂ ਦਾ ਜਿਹੜਾ ਮਨ ਆ ਉਹ ਇਸ ਟਾਈਮ ਕਿਸੇ ਨੂੰ ਨਹੀਂ ਕੁਛ ਦੱਸ ਰਹੇ, ਚੁੱਪ ਕਰਕੇ ਬੈਠੇ ਆ। ਮੁੱਖ ਮੰਤਰੀ ਚੰਨੀ ਵੀ ਕਾਫੀ ਲੋਕਾਂ ਦੇ ਨਾਲ ਵਾਅਦੇ ਕਰ ਰਹੇ ਨੇ, ਬਿਜਲੀ ਦੇ ਬਿੱਲਾਂ ਨੂੰ ਲੈ ਕੇ ਕੁਝ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਨੇ। ਨਹੀਂ, ਉਹ ਮੁੱਖ ਮੰਤਰੀ ਦਾ ਜਿਹੜਾ ਹੈਗਾ ਉਹ ਵਾਅਦੇ ਵੀ ਕਰ ਰਹੇ ਆ, ਨੋਟੀਫਿਕੇਸ਼ਨ ਵੀ ਕਰਤੇ, ਲੇਕਿਨ ਕੁਛ ਵੀ ਹਾਲੇ ਅਮਲੀ ਜਾਮਾ ਤਾਂ ਹੋਇਆ ਨਹੀਂ ਹੈ। ਇਸ ਲਈ ਲੋਕ ਜੇ ਚਾਹੁੰਦੇ ਆ ਵੀ ਕਿਤੇ ਬਿਆਨਬਾਜ਼ੀ ਨਾ ਰਹਿ ਜਾਵੇ, ਸਮਝਾ ਨਾ, ਇਹ ਵੀ ਤਾਂ ਉਡੀਕ ਕਰਦੇ ਆ ਲੋਕ ਵੀ ਸਾਡੇ ਪੱਲੇ ਵੀ ਕੁਛ ਪਵੇ ਨਾ। ਜਿਸ ਸਮਾਂ ਉਹਨਾਂ ਨੇ ਨੌਕਰੀਆਂ ਦਾ ਐਲਾਨ ਕੀਤਾ ਹੋਇਆ, ਬੱਚੇ ਗ੍ਰੈਜੂਏਟ ਧੱਕੇ ਖਾਂਦੇ ਫਿਰਦੇ ਆ, ਕੋਈ ਨੌਕਰੀ ਨਹੀਂ ਮਿਲੀ, ਇਸ ਕਰਕੇ ਵਿਸ਼ਵਾਸ ਬਣਾਉਣਾ ਬਹੁਤ ਜ਼ਰੂਰੀ ਆ। ਆਮ ਆਦਮੀ ਪਾਰਟੀ ਕਰ ਸਕਦੀ ਪੰਜਾਬ 'ਚ ਆ ਜੇ ਕੁਛ ਤਾਂ? ਆਮ ਆਦਮੀ ਪਾਰਟੀ ਆਪਣਾ ਜ਼ੋਰ ਤਾਂ ਲਾ ਰਹੀ ਆ, ਵਾਅਦੇ ਬਹੁਤ ਕਰ ਰਹੀ ਆ, ਐਂ ਕਰਾਂਗੇ ਜੇ ਕਰਾਂਗੇ, ਲੇਕਿਨ ਉਮੀਦ ਕਿਸੇ ਨੂੰ ਨਹੀਂ ਹੈ ਕਿਸੇ। ਵਿਧਾਨ ਸਭਾ ਹਲਕਾ ਰਾਏਕੋਟ ਵਿੱਚ ਮੌਜੂਦ ਆ, ਆਮ ਲੋਕ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਕੀ ਨਾਂ ਜੀ ਤੁਹਾਡਾ? ਦਾਰਾ ਸਿੰਘ ਜੀ। ਦਾਰਾ ਸਿੰਘ ਜੀ, ਕਿਹੜਾ ਪਿੰਡ ਆ, ਕਿਹੜਾ ਹਲਕਾ? ਰਾਏਕੋਟ ਹੀ ਆ ਜੀ। ਰਾਏਕੋਟ ਦੇ ਰਹਿਣ ਵਾਲੇ ਹੋ, 22 ਦੀਆਂ ਚੋਣਾਂ ਨਜ਼ਦੀਕ ਆ ਰਹੀਆਂ, ਤੁਹਾਡੇ ਰਾਏਕੋਟ ਹਲਕੇ ਦਾ ਕਿਸ ਤਰ੍ਹਾਂ ਦਾ ਸਮੀਕਰਨ ਚੱਲ ਰਿਹਾ ਜੀ ਚੋਣਾਂ ਨੂੰ ਲੈ ਕੇ? ਇਸ ਵਕਤ ਜੀ ਕਾਂਗਰਸ ਦੀ ਯਾਨੀ ਕਿ ਸਥਿਤੀ ਕਾਇਮ ਆ ਜੀ, ਅਤੇ ਚੰਨੀ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ, ਆਮ ਬੰਦੇ ਦੀ ਸੁਣ ਰਹੇ ਨੇ, ਅਤੇ ਵਧੀਆ। ਗੱਲ ਕਰੀਏ ਅਕਾਲੀ ਦਲ ਕਿੱਥੇ ਖਲੋਤਾ? ਅਕਾਲੀ ਦਲ ਤਾਂ ਇੱਥੇ ਹਜੇ ਤੱਕ ਐਲਾਨ ਹੀ ਨਹੀਂ ਹੋਇਆ ਜੀ ਅਕਾਲੀ ਦਲ ਦਾ, ਅਕਾਲੀ ਦਲ ਕੋਲ ਬੰਦਾ ਹੀ ਹੈਰੀ ਕੋਈ ਇੱਥੇ ਵੀ ਜਿਹੜਾ ਹਲਕਾ ਇੰਚਾਰਜ ਲਾ ਦੇਵੇ, ਹਜੇ ਤੱਕ ਹਲਕਾ ਇੰਚਾਰਜ ਹੀ ਨਹੀਂ ਲੱਗਿਆ ਅਕਾਲੀ ਦਲ ਤੋਂ, ਅਤੇ ਇਸ ਕਰਕੇ ਵੀ ਸਾਡੇ ਤਾਂ ਕਾਂਗਰਸ ਮੂਹਰੇ ਜਾਊਗੀ। ਆਮ ਆਦਮੀ ਪਾਰਟੀ ਵੀ ਪੰਜਾਬ 'ਚ ਕਾਫੀ ਸਰਗਰਮ ਨਜ਼ਰ ਆ ਰਹੀ ਆ, ਰਾਏਕੋਟ ਦੀ ਗੱਲ ਕਰੀਏ ਤਾਂ ਰਾਏਕੋਟ 'ਚ ਕਿੰਨੀ ਕੁ ਸਿਆਸਤ ਚੱਲ ਰਹੀ ਆਮ ਆਦਮੀ ਪਾਰਟੀ? ਆਮ ਆਦਮੀ ਪਾਰਟੀ ਪਹਿਲਾਂ ਜੱਗਾ ਸਿੰਘ ਜੀ ਸੀਗੇ ਇੱਥੇ MLA, ਹਾਂਜੀ, ਉਹ ਹੁਣ ਕਾਂਗਰਸ 'ਚ ਹੋ ਗਏ ਸ਼ਾਮਿਲ, ਅਤੇ ਜੇ ਇੰਨੀ ਉਹ ਕਰਦੇ ਹੁੰਦੇ ਆਮ ਆਦਮੀ ਪਾਰਟੀ ਤਾਂ ਫਿਰ ਤੁਹਾਨੂੰ ਪਤਾ ਵੀ ਸਥਿਤੀ ਕੀ ਹੋਣੀ ਸੀ, ਪਰ ਉਹ ਆਮ ਛੱਡ ਕੇ ਕਾਂਗਰਸ ਸ਼ਾਮਿਲ ਹੋ ਗਏ, ਅਤੇ ਇਸ ਕਰਕੇ ਵੀ ਜੱਗੇ ਦੀ ਵੀ ਕੋਈ ਹੈ ਨਹੀਂ, ਆਮ ਆਦਮੀ ਪਾਰਟੀ ਨਹੀਂ ਹੈਗੀ, ਰੋਣ 'ਚ ਨਹੀਂ ਹੈਗੀ। ਤੁਹਾਨੂੂੰ ਲੱਗਦਾ ਜਗਤਾਰ ਸਿੰਘ ਜੱਗਾ ਇੱਥੋਂ MLA ਬਣਦੇ ਨੇ, ਰਾਏਕੋਟ ਵਾਸੀਆਂ ਨੇ ਵੋਟਾਂ ਪਈਆਂ ਨੇ, ਕਿਉਂ ਛੱਡੀ ਆਮ ਆਦਮੀ ਪਾਰਟੀ ਉਹਨਾਂ ਵੱਲੋਂ? ਉਹਦੀ ਸੁਣਵਾਈ ਹੈ ਨਹੀਂ ਇੱਥੇ, ਨਾ ਤਾਂ ਆਹ ਸਰਕਾਰ ਸੀ ਉਹਨਾਂ ਦੀ, ਨਾ ਸਾਡੀ ਕੋਈ ਇੱਥੇ ਸੁਣਵਾਈ ਹੋਈ ਆ, ਸਾਨੂੰ ਤਾਂ MLA ਸਾਹਿਬ ਲੱਭੇ ਹੀ ਨਹੀਂ ਕਿਤੇ।
ਅਸੀਂ ਤਾਂ ਜੇ ਲੱਭਦੇ ਵੀ ਤਾਂ ਰੈਕੋਡ ਹਲਕੇ ਦੇ ਵਿੱਚ ਕਾਂਗਰਸ ਬੰਦੇ ਲੱਭਦੇ ਆ ਸਾਨੂੰ ਇੱਥੇ ਜੋ ਵੀ ਸਥਿਤੀ ਆ ਜਾਣੀ ਕਿ ਕਾਂਗਰਸ ਦੀ ਮਜ਼ਬੂਤ ਆ ਇਸ ਵਾਰ ਜਦੋਂ ਕੋਈ MLA ਬਣਦਾ ਹੈ ਚੋਣਾਂ ਤੋਂ ਬਾਅਦ ਵਰਕਰਾਂ ਦਾ ਵੋਟਰਾਂ ਦਾ ਧੰਨਵਾਦ ਕਰਨ ਵਾਸਤੇ ਆਉਂਦਾ ਹੈ ਜਗਤਾਰ ਸਿੰਘ ਜੱਗਾ ਆਮ ਆਦਮੀ ਪਾਰਟੀ ਦੇ MLA ਸਨ ਤੁਹਾਡੇ ਤੱਕ ਪਹੁੰਚ ਕੀਤੀ ਉਹਨਾਂ ਨੇ ਨਹੀਂ ਜੀ ਨਹੀਂ ਨਹੀਂ ਸਾਡੇ ਨਾਲ 5 ਸਾਲ ਪਹੁੰਚ ਹੀ ਨਹੀਂ ਹੋਈ ਕਦੇ ਵੀ ਨਾ ਸਾਨੂੰ ਕਦੇ ਮਿਲੇ ਹੀ ਆ ਅਤੇ ਨਾ ਅਸੀਂ ਕਿਤੇ ਦੇਖੇ ਹੀ ਇੱਥੇ ਸਾਨੂੰ ਤਾਂ ਇੱਥੇ ਜਿਹੜਾ ਰੈਕੋਡ ਹਲਕੇ ਦਾ ਵਾ ਮੌਜੂਦਾ ਕਾਂਗਰਸ ਵਰਕਰ ਜਾਂ ਮੰਨ ਲਓ ਕਿਸੇ ਨੂੰ ਮਰਜ਼ੀ ਫੜ ਲਓ MSC ਨੂੰ ਵੀ ਮਰਜ਼ੀ ਫੜ ਲਓ ਕਾਂਗਰਸ ਵਰਕਰ ਸਾਡੀ ਸੁਣਦਾ ਇਸ ਵਕਤ ਹੁਣ ਕੇਜਰੀਵਾਲ ਕਹਿ ਰਿਹਾ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ 22 ਦੀਆਂ ਚੋਣਾਂ ਦੇ ਵਿੱਚ ਭਗਵੰਤ ਮਾਨ ਵੀ ਵੱਡੇ ਵੱਡੇ ਦਾਅਵੇ ਕਰ ਰਿਹਾ ਤੁਹਾਨੂੰ ਲੱਗਦਾ ਹੈ ਕਾਮਯਾਬ ਹੋਊਗੀ ਆਮ ਆਦਮੀ ਪਾਰਟੀ ਨਹੀਂ 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 ਉਹ ਤਾਂ ਫੋਕੇ ਦਾਅਵੇ ਹੀ ਆ ਜੀ ਉਹਨਾਂ ਦੇ ਉਹ ਕਿੱਥੇ ਇੰਨੇ ਕਾਮਯਾਬ ਵਾਲੇ ਦਿੱਲੀ ਛੱਡ ਕੇ ਇੱਥੇ ਆ ਕੇ ਪੰਜਾਬ 'ਚ ਕੀ ਲੱਭਦੇ ਆ ਉਹ ਕਰਨ ਨੂੰ ਆਏ ਪੰਜਾਬ 'ਚ ਇੱਥੇ ਪੰਜਾਬ 'ਚ ਵੋਟਾਂ ਬਟੋਰਨ ਆਇਆ ਵਾ ਹੋਰ ਕੀ ਕਰਨਾ ਇਹਨਾਂ ਨੇ ਇਹਨਾਂ ਨੂੰ ਕੁਛ ਨਹੀਂ ਮਿਲਣਾ ਇੱਥੋਂ ਇੱਥੇ ਸਭ ਨੂੰ ਜ਼ਿਆਦਾ ਕਾਂਗਰਸ ਮਜ਼ਬੂਤ ਆ ਚੰਨੀ ਮਜ਼ਬੂਤ ਆ ਤੁਸੀਂ ਚੰਨੀ ਦੀ ਗੱਲ ਕੀਤੀ ਆ ਚੰਨੀ ਵੀ ਕਾਫੀ ਦਾਅਵੇ ਕਰ ਰਹੇ ਆ ਪੰਜਾਬ ਸਰਕਾਰ ਕਾਫੀ ਲੋਕਾਂ ਨੂੰ ਸੁੱਖ ਸਹੂਲਤਾਂ ਦੀ ਗੱਲ ਕਰੀ ਤੁਹਾਨੂੰ ਲੱਗਦਾ ਹੈ ਵੀ ਠੀਕ ਨੇ ਦਾਅਵੇ ਬਿਲਕੁਲ ਠੀਕ ਆ ਜੀ ਸਾਨੂੰ ਪਾਇਆ ਉਹਨਾਂ ਨੇ ਚੰਨੀ ਸਾਹਿਬ ਨੇ ਮੁੱਖ ਮੰਤਰੀ ਨੇ 3100 ਰੁਪਇਆ ਪਾਇਆ ਦੀਵਾਲੀ ਸਗਨ ਸਕੀਮ ਸਾਨੂੰ ਪਹੁੰਚੀ ਆ ਤੁਹਾਨੂੰ ਪਹੁੰਚੀ ਆ 3100 ਸਕੀਮ ਪਹਿਲਾਂ ਕੋਈ ਪੈਸਾ ਨਹੀਂ ਸਾਡੇ ਕੋਲੇ ਪਹੁੰਚਿਆ ਹੁਣ ਪਹੁੰਚ ਰਿਹਾ ਜਿਵੇਂ ਤੁਸੀਂ ਦੱਸਦੇ ਹੋ ਰਾਏਕੋਟ ਦੇ ਵਿੱਚ ਜਗਤਾਰ ਸਿੰਘ ਜੱਗਾ ਇੱਥੋਂ ਜਿੱਤੇ ਸੀ ਕੀ ਤੁਹਾਨੂੰ ਲੱਗਦਾ ਆ ਰਾਏਕੋਟ ਦੇ ਜਿਹੜੇ ਵਾਸੀ ਨੇ ਦੁਬਾਰਾ ਕਿਸੇ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਜਾਂ ਲੀਡਰ ਨੂੰ ਮੌਕਾ ਦੇ ਸਕਦੇ ਨਹੀਂ ਜੀ ਨਹੀਂ 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 ਇੱਥੇ ਕਾਂਗਰਸ ਨੂੰ ਵੀ ਮੌਕਾ ਦੇਣਗੇ ਕਿਉਂਕਿ ਕਾਂਗਰਸ ਸੁਣ ਰਹੀ ਹੈ ਇਸ ਵਕਤ ਤੇ ਇਸ ਵਕਤ ਪੂਰੀ ਮਜ਼ਬੂਤ ਸਥਿਤੀ 'ਚ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਪੰਜਾਬ ਦੇ ਲੋਕਾਂ ਨੂੰ ਇਹ ਕਹਿੰਦੇ ਆ ਵੀ ਵਧੀਆ ਨੁਮਾਇੰਦਾ ਚੁਣੋ ਜਿਹੜਾ ਤੁਹਾਡੀ ਸੁਣਵਾਈ ਕਰੇ ਵਧੀਆ ਸੁਣੇ ਜਿਹੜੀ ਗੱਲਬਾਤ ਸੁਣੇ ਬੰਦਾ ਉਹਨੂੰ ਵੋਟ ਪਾਓ ਕੀ ਨਾਂ ਜੀ ਤੁਹਾਡਾ ਲਖਵਿੰਦਰ ਸਿੰਘ ਵੀਰੇ ਲਖਵਿੰਦਰ ਸਿੰਘ ਜੀ ਜਿਵੇਂ ਤੁਸੀਂ ਜਾਣਦੇ ਹੋ ਕਿ 22 ਦੀਆਂ ਚੋਣਾਂ ਚੱਲ ਰਹੀਆਂ ਤੁਹਾਡੇ ਹਲਕੇ ਰਾਏਕੋਟ ਦੀ ਗੱਲ ਕਰੀਏ ਤਾਂ ਕਿੱਦਾਂ ਦੀ ਸਥਿਤੀ ਚੱਲ ਰਹੀ ਹੈ ਰਾਏਕੋਟ ਦੀ ਇੱਥੇ ਤਾਂ ਭਾਜੀ ਜ਼ਿਆਦਾ ਕਾਂਗਰਸ ਦਾ ਜ਼ੋਰ ਆ ਆਮ ਪਾਰਟੀ ਦਾ ਵੀ ਹੈਗਾ ਵਾ ਦੂਜੀਆਂ ਪਾਰਟੀਆਂ ਦਾ ਤਾਂ ਘੱਟ ਹੀ ਆ ਕਾਂਗਰਸ ਦਾ ਕਿਉਂ ਜ਼ਿਆਦਾ ਚੱਲ ਰਿਹਾ ਤੁਸੀਂ ਕਾਂਗਰਸ ਦੀ ਗੱਲ ਕਰ ਰਹੇ ਹੋ ਇੱਥੇ ਮੈਂ ਤਾਂ ਜਦੋਂ ਦਾ ਦੇਖਿਆ ਵਾ ਕਾਂਗਰਸ ਦਾ ਜ਼ਿਆਦਾ ਜ਼ੋਰ ਹੁੰਦਾ ਇੱਥੇ ਜਦੋਂ ਦਾ ਇੱਥੇ ਰਹਿੰਦਾ ਵਾ ਕਾਂਗਰਸ ਦੀ ਜ਼ਿਆਦਾ ਯਾਨੀ ਕਿ ਇੱਥੇ ਪਹੁੰਚ ਆ ਜੇ ਗੱਲ ਕਰੀਏ ਮੁੱਖ ਮੰਤਰੀ ਚੰਨੀ ਹੋਣਾ ਦੀ ਉਹ ਵੀ ਕਾਫੀ ਜਿਹੜੇ ਆ ਬਿਜਲੀ ਜਿਹੜੀ ਆ ਉਹ ਸਸਤੀ ਕੀਤੀ ਹੋਈ ਹੈ ਕਿਵੇਂ ਵੇਖਦੇ ਹੋ ਪੰਜਾਬ ਸਰਕਾਰ ਠੀਕ ਆ ਭਾਈ ਜਿਹੜਾ ਕੋਈ ਕਰਦੇ ਠੀਕ ਆ ਇੰਨਾ ਨਹੀਂ ਪਤਾ ਆਪਾਂ ਨੂੰ ਬਸ ਜਿੰਨਾ ਕਰ ਰਿਹਾ ਠੀਕ ਨੇਗੇ ਆਪ ਦੇ ਲਈ ਠੀਕ ਨੇ ਉਹ ਤੁਹਾਡੇ ਆਮ ਆਦਮੀ ਪਾਰਟੀ ਦੇ ਇੱਥੋਂ MLA ਬਣੇ ਸੀ ਜਗਤਾਰ ਸਿੰਘ ਜੱਗਾ ਉਹ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਸ਼ਾਮਿਲ ਹੋ ਗਏ ਆ ਕਿਉਂ ਹੋਏ ਆ ਕੀ ਲੱਗਦਾ ਜੀ ਤੁਹਾਨੂੰ ਕੀ ਕਾਰਨ ਹੋਊਗਾ ਕੀ ਉਹ ਇਹ ਨਹੀਂ ਪਤਾ ਜੀ ਬਸ ਆਮਦ ਹੋ ਗਏ ਇੰਨਾ ਪਤਾ ਵਾ ਇੰਨਾ ਨਹੀਂ ਪਤਾ ਵੀ ਕਾਹਤੋਂ ਆਮ ਆਦਮੀ ਪਾਰਟੀ ਤੁਹਾਡੇ ਐਸੇ ਰਾਏਕੋਟ ਹਲਕੇ ਤੋਂ ਜਿੱਤੂਗੀ ਯਾਰ ਕਰੀ ਕਿ ਨਹੀਂ ਜਿੱਤ ਵੀ ਸਕਦੀ ਆ ਨਹੀਂ ਵੀ ਜਿੱਤ ਸਕਦੀ ਸ਼ਾਇਦ ਤਾਂ ਕਾਂਗਰਸ ਹੀ ਜਿੱਤੂ ਇੱਥੇ ਕਾਂਗਰਸ ਹੀ ਜਿੱਤ ਸਕਦੀ ਇੱਥੇ ਕਾਂਗਰਸ ਨੇ ਕੋਈ ਵਿਕਾਸ ਕੀਤਾ ਤੁਹਾਡੇ ਹਲਕੇ 'ਚ ਵਿਕਾਸ ਜਿਹੜੇ ਹੁਣ ਨਵੇਂ ਆਏ ਆ ਗਲੀਆਂ ਪਈਆਂ ਸਾਰੀਆਂ ਉਹਨਾਂ ਨੇ ਪੱਕੇ ਕਰਵਾਈਆਂ ਵਾ ਅਤੇ ਨਾਲ ਪੰਚਾਇਤ ਵਾਲੇ ਪੂਰੇ ਵਧੀਆ ਬੰਦੇ ਆ ਇਹਨਾਂ ਨੇ ਸਾਰੀਆਂ ਪਈਆਂ ਜਾਣੀ ਕਿ ਪੱਕੀਆਂ ਕਰਵਾਤੀਆਂ ਅਕਾਲੀ ਦਲ ਕਿੱਥੇ ਖਲੋਤੀ ਤੁਹਾਡੇ ਰਾਏਕੋਟ ਅਕਾਲੀ ਦਲ ਦਾ ਭਾਜੀ ਇੰਨਾ ਜ਼ੋਰ ਨਹੀਂ ਹੈਗਾ ਇੰਨਾ ਮੈਨੂੰ ਨਹੀਂ ਪਤਾ ਹੈਗਾ ਬਸ ਜਿਹੜਾ ਕੋਈ ਹੈਗਾ ਬਸ ਠੀਕ ਆ ਇੰਨੀ ਪੰਜਾਬ ਦੇ ਵਿੱਚ ਸਰਕਾਰ ਕਿਹਦੀ ਬਣੂਗੀ ਤੁਹਾਨੂੰ ਲੱਗਦਾ ਦੁਬਾਰਾ ਪੰਜਾਬ ਦੇ ਵਿੱਚ ਸਰਕਾਰ ਜ਼ਿਆਦਾਤਰ ਤਾਂ ਹੀ ਕਾਂਗਰਸ ਹੀ ਬਣੂਗੀ ਕੀ ਨਾਂ ਜੀ ਤੁਹਾਡਾ ਕਰਤਾਰ ਸਿੰਘ ਹੈ ਜੀ ਕਰਤਾਰ ਸਿੰਘ ਜੀ ਕਿਹੜਾ ਹਲਕਾ ਤੁਹਾਡਾ ਰਾਏਕੋਟੀਆ ਜੀ ਰਾਏਕੋਟੀਆ ਜੇ ਗੱਲ ਕਰੀਏ ਚੋਣਾਂ ਕਾਫੀ ਸਰਗਰਮੀ ਤੇਜ਼ ਚੱਲ ਰਹੀ ਆ ਸਿਆਸੀ ਪਾਰਟੀਆਂ ਪੱਬਾਂ ਪਰ ਹੋ ਕੇ ਪਿੰਡਾਂ ਸ਼ਹਿਰਾਂ ਦੇ ਵਿੱਚ ਜ਼ੋਰ ਲਗਾ ਰਹੀਆਂ ਰਾਏਕੋਟ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਸਿਆਸਤ ਚੱਲ ਰਹੀ ਹੈ ਸਿਆਸਤ ਰਾਏਕੋਟ 'ਚ ਤਾਂ ਹੀ ਕਾਂਗਰਸ ਦੀ ਜ਼ਿਆਦਾ ਚੱਲ ਰਹੀ ਹੈ ਕਾਂਗਰਸ ਦੀ ਜ਼ਿਆਦਾ ਚੱਲ ਰਹੀ ਹੈ ਹਾਂਜੀ ਕਾਂਗਰਸ ਅੱਗੇ ਜਾਊਗੀ ਐਕਤੀ ਜਿੰਨੀਆਂ ਸੀਟਾਂ ਨੇ ਕਾਂਗਰਸ ਲੈ ਕੇ ਜਾਊਗੀ ਐਕਤੀ ਕਿਉਂ ਕਾਂਗਰਸ ਜਾਊਗੀ ਕੀ ਕਾਰਨ ਆ ਇਸ ਕਰਕੇ ਐਕਤੀ ਚੰਨੀ ਜਿਹੜਾ ਇਹਨਾਂ ਨੇ ਬਣਾਇਆ ਵਾ ਮੁੱਖ ਆਪਣਾ ਉਹ ਬਹੁਤ ਵਧੀਆ ਕੰਮ ਕਰ ਰਿਹਾ ਉਹ ਆਮ ਲੋਕਾਂ ਦੀ ਬਹੁਤ ਸਹਾਇਤਾ ਕਰ ਰਿਹਾ ਜੀ ਤੁਹਾਡੀ ਕੀ ਸਹਾਇਤਾ ਕਰਤੀ ਚੰਨੀ ਨੇ ਆ ਜਿਹੜੇ ਹੁਣ ਪੈਸੇ ਪਾ ਰਿਹਾ ਜੀ ਇਹ ਗਰੀਬਾਂ ਨੂੰ 3100 ਰੁਪਇਆ ਹੁਣ ਆਇਆ ਵਾ ਜੀ 3100 ਰੁਪਇਆ ਸਾਰਿਆਂ ਦੇ ਖਾਤਿਆਂ 'ਚ ਆਇਆ ਸਾਡੇ ਵੀ ਆ ਮੇਰੇ ਭਰਾਵਾਂ ਦੇ ਖਾਤਿਆਂ 'ਚ ਵੀ ਆਇਆ ਇਹ ਜਾਣਦੀ ਗਰੀਬ ਜਨਤਾ ਨੂੰ ਬਹੁਤ ਸਹਾਇਤਾ ਮਿਲਦੀ ਹੈ ਇਹਦੇ ਨਾਲ ਪਰ 17 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਤੁਹਾਡੇ ਰਾਏਕੋਟ ਵਾਸੀਆਂ ਨੇ ਆਮ ਆਦਮੀ ਪਾਰਟੀ ਦਾ MLA ਬਣਾ ਦਿੱਤਾ ਉਦੋਂ ਦਾ ਹੀ ਉਹਨਾਂ ਦਾ ਰੌਲਾ ਪਾ ਕੇ ਹੀ ਬਣਿਆ ਊਂ ਤਾਂ ਨਹੀਂ ਬਣੇ ਜੀ ਹਾਂਜੀ ਆਮ ਆਦਮੀ ਪਾਰਟੀ ਦਾ ਤਾਂ ਐਕਤੀ ਤਾਂ ਮੈਂ ਨਾ ਇੱਕ ਸੀਟ ਵੀ ਨਹੀਂ ਮਿਲਣੀ ਉਹਨਾਂ ਨੂੰ ਇੱਥੋਂ ਜੀ ਪਰ ਉਹ ਤਾਂ ਕਹਿੰਦੇ ਪੰਜਾਬ 'ਚ ਸਰਕਾਰ ਬਣਾਵਾਂਗੇ ਨਹੀਂ ਬਣਦੀ ਜੀ ਸਰਕਾਰ ਕਾਂਗਰਸ ਦੀ ਬਣੂਗੀ ਐਕਤੀ ਇਹ ਪੱਕੀ ਆ ਜੀ ਆਮ ਆਦਮੀ ਪਾਰਟੀ ਕਿੱਥੇ ਖਲੋਤੀ ਆ ਰਾਏਕੋਟ ਹਲਕੇ ਨੂੰ ਦੇਖੀਏ ਤਾਂ ਆਮ ਆਦਮੀ ਪਾਰਟੀ ਤਾਂ ਜਿੱਥੇ ਪਹਿਲਾਂ ਖਲੋਤੀ ਸੀ ਉੱਥੇ ਹੀ ਹੁਣ ਖਲੋਤੀ ਹੋਈ ਆ ਇਹ ਤਾਂ ਅੱਗੇ ਵੱਧ ਹੀ ਨਹੀਂ ਸਕਦੇ ਕੰਮ ਤਾਂ ਕੋਈ ਕਰਦੇ ਨਹੀਂ ਗੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਨਾ ਕਿਸੇ ਦੇ ਨਾਲ ਤੁਰਦੇ ਆ ਨਾ ਕਿਸੇ ਨੂੰ ਇਹ ਸਹਾਇਤਾ ਦਿੰਦੇ ਆ ਜਿੰਨੀ ਸਹਾਇਤਾ ਮਿਲੀ ਆ ਪਹਿਲਾਂ ਕੈਪਟਨ ਸਾਹਿਬ ਵੀ ਰਹੇ ਆ ਉਹਨਾਂ ਨੇ ਸਹਾਇਤਾ ਤਾਂ ਪਹੁੰਚਾਈ ਨਹੀਂ ਪਰ ਕੰਮ ਉਹਨੇ ਇੰਨੇ ਕੀਤੇ ਹੁਣ ਚੰਨੀ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਜਿੰਨੇ ਵੀ ਉਪਰਾਲੇ ਕੀਤੇ ਚੰਨੀ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ
ਤੁਹਾਨੂੰ ਲੱਗਦਾ ਤੁਹਾਡੇ ਹਲਕੇ ਦੇ MLA ਜਿਹੜੇ ਸੀਗੇ ਜਗਤਾਰ ਸਿੰਘ ਜੱਗਾ ਆਮ ਆਦਮੀ ਪਾਰਟੀ ਦੇ ਸੀ, ਕਿਉਂ ਛੱਡੀ ਆਮ ਆਦਮੀ ਪਾਰਟੀ, ਕੀ ਕਾਰਨ ਲੱਗਦਾ ਤੁਹਾਨੂੰ? ਸਾਨੂੰ ਤਾਂ ਅਜੇ ਤੱਕ ਮਿਲੇ ਹੀ ਨਹੀਂ ਜੀ ਉਹ ਜਗਤਾਰ ਸਿੰਘ ਜੱਗਾ ਜੀ। ਵੋਟ ਪਾਈ ਸੀ? ਆਪਾਂ ਵੋਟ ਵੀ ਨਹੀਂ ਪਾਈ ਜੀ। ਹਾਂਜੀ, ਸਾਨੂੰ ਤਾਂ ਮਿਲੇ ਨਹੀਂ ਗੇ। ਹੁਣ ਸਾਨੂੰ ਇਹ ਆਪਣੇ ਇਹ ਆਪਾਂ ਨੂੰ ਕਾਂਗਰਸ ਪਾਰਟੀ ਦੇ ਜਿੰਨੇ ਵੀ ਵਰਕਰ ਆ ਸਾਰੇ ਹੱਸ ਕੇ ਮਿਲਦੇ ਆ। ਜਿਹੜੇ ਕੰਮ ਹੋਵੇ ਜੇ ਉਹਨਾਂ ਦੇ ਕੋਲ ਜਾਈਏ ਤਾਂ ਵਧੀਆ ਕੰਮ ਵੀ ਕਰਾਉਂਦੇ ਆ, ਨਾਲ ਖੜ ਕੇ ਕੰਮ ਕਰਾਉਂਦੇ ਆ, ਹੈ ਨਾ ਵੀ ਚਲੋ ਅਸੀਂ ਨਾਲ ਚੱਲਦੇ ਹਾਂ ਤੁਹਾਡੇ, ਜਿਹੜਾ ਤੁਹਾਡੀ ਨਹੀਂ ਕੋਈ ਸੁਣਦਾ, ਜਿੰਨੇ ਵੀ ਕਮੇਟੀ 'ਚ ਵੀ ਕੰਮ ਹੋਣ ਜਾਂ ਕਿਤੇ ਹੋਰ ਵੀ ਕੰਮ ਹੋਣ ਸਾਰੇ ਨਾਲ ਤੁਰਦੇ ਆ। ਮੈਂ ਤੁਹਾਨੂੰ ਸਵਾਲ ਪੁੱਛਿਆ ਸੀ ਕਿ ਜਗਤਾਰ ਸਿੰਘ ਜੱਗਾ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਰਕੇ ਕਾਂਗਰਸ 'ਚੋਂ ਗਏ, ਕੀ ਕਾਰਨ ਲੱਗਦਾ ਤੁਹਾਨੂੰ? ਉਹਦਾ ਤਾਂ ਨਹੀਂ ਆਪਾਂ ਨੂੰ ਇੰਨਾ ਪਤਾ ਹਾਲੇ, ਕਿਉਂਕਿ ਮੈਂ ਵੀ ਬਾਹਰ ਗਿਆ ਹੋਇਆ ਸੀਗਾ ਪਹਿਲਾਂ। ਅੱਛਾ ਜੀ, ਆਮ ਆਦਮੀ ਪਾਰਟੀ ਕਹਿੰਦੀ ਪੰਜਾਬ 'ਚ ਸਰਕਾਰ ਬਣਾਵਾਂਗੇ, ਤੁਹਾਨੂੰ ਲੱਗਦਾ? ਪਾਰਟੀ ਨਹੀਂ ਉਹਦੀ, ਸਰਕਾਰ ਨਹੀਂ ਬਣ ਸਕਦੀ, ਇੰਨਾ ਪੱਕਾ ਵਾ, ਸਰਕਾਰ ਬਣੂਗੀ ਕਾਂਗਰਸ ਦੀ ਜੀ। ਰਾਏਕੋਟ ਦੀ ਗੱਲ ਕਰੀਏ ਤਾਂ ਅਕਾਲੀ ਦਲ ਕਿੱਥੇ ਖਲੋਤਾ? ਅਕਾਲੀ ਦਲ ਤਾਂ ਖਤਮ ਹੀ ਆਈ ਹੁਣ ਰਾਏਕੋਟ 'ਚ, ਹਾਂ ਪਿਛਲੀਆਂ ਜਿਹੜੀਆਂ ਵੋਟਾਂ ਪਈਆਂ ਕਮੇਟੀ 'ਚ ਕੋਈ ਅਕਾਲੀ ਦਲ ਦਾ ਬਣਿਆ? ਕੋਈ ਅਕਾਲੀ ਦਲ ਦਾ ਨਹੀਂ ਬਣਿਆ, ਸਾਰੇ ਕਾਂਗਰਸ ਦੇ ਵਰਕਰ ਜਿੱਤੇ ਆ ਜਿੰਨੇ ਵੀ ਹੈਗੇ, ਅਕਾਲੀ ਦਲ ਤਾਂ ਨਹੀਂ ਖੜੀ, ਨਹੀਂ ਹੈ ਹੀ ਨਹੀਂ ਕੋਈ, ਮੈਨੂੰ ਤਾਂ ਲੱਗਦਾ ਇਹਨਾਂ ਨੇ ਖੜਨਾ ਵੀ ਹੈ ਨਹੀਂ ਅਗਤੀ। ਬਾਈ ਦੇ ਵਿੱਚ ਕਿਹਦੀ ਸਰਕਾਰ ਆਈ ਪੰਜਾਬ 'ਚ? ਬਾਈ ਦੇ ਵਿੱਚ ਆਊਗੀ ਕਾਂਗਰਸ ਦੀ ਆਊਗੀ ਜੀ। ਕਿੱਦਾਂ ਕਹਿ ਸਕਦੇ ਤੁਸੀਂ? ਇਹ ਪੱਕੀ ਆ ਜੀ, ਇਹ ਜਿਹੜਾ ਚੰਨੀ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ, ਗਰੀਬ ਜਨਤਾ ਦੀ ਬਹੁਤ ਸਹਾਇਤਾ ਕਰਦਾ ਵਾ, ਜਿੰਨੀਆਂ ਵੀ ਉਹਨਾਂ ਨੇ ਹੁਣ ਜਿੰਨੀਆਂ ਸਹਾਇਤਾ ਦਿੱਤੀਆਂ ਨੇ ਸਾਰੀਆਂ ਗਰੀਬ ਜਨਤਾ ਨੂੰ, ਅਤੇ ਗਰੀਬ ਜਨਤਾ ਦੇ ਜਿਹੜੇ ਆਮ ਲੋਕ ਆ ਜਿਨ੍ਹਾਂ ਦੇ ਕੋਲ ਕੰਮ ਕਾਜ ਨਹੀਂ ਹੈਗਾ ਉਹਨਾਂ ਨੂੰ ਘਰ ਬੈਠਿਆਂ ਨੂੰ ਵੀ ਜਾਣ ਦੀ ਪੈਸੇ ਆ ਰਿਹਾ, ਰੋਟੀ ਪਾਣੀ ਚੱਲ ਰਿਹਾ ਵਾ। ਕੇਜਰੀਵਾਲ ਤਾਂ ਕਹਿ ਰਿਹਾ ਮੈਂ ਵੀ ਬੜੀਆਂ ਸਹੂਲਤਾਂ ਦਊਂਗਾ, 1000 ਰੁਪਈਆ ਬੀਬੀਆਂ ਨੂੰ ਜਿਹੜਾ ਪੱਤਾ ਵੀ ਦਊਂਗਾ। ਉਹ ਕਹਿ ਰਿਹਾ ਜੀ, ਹਾਲੇ ਤੱਕ ਮਿਲਿਆ ਤਾਂ ਕਿਸੇ ਨੂੰ ਨਹੀਂ, ਜਾਣੀ ਜਿਹੜੀ ਇਹਨਾਂ ਨੇ ਕੀਤੇ ਉਹ ਮਿਲ ਵੀ ਗਏ ਆ, ਕੇਜਰੀਵਾਲ ਸਾਹਿਬ ਕਹਿ ਰਹੇ ਆ ਮਿਲਿਆ ਕਿਸੇ ਨੂੰ ਨਹੀਂ ਹਲੇ। ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਜੀ, ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਆ ਸਾਰੇ ਕਾਂਗਰਸ ਦੀ ਸਰਕਾਰ ਨੂੰ। ਵਿਧਾਨ ਸਭਾ ਹਲਕਾ ਰਾਏਕੋਟ ਦੇ ਇੱਕ ਕਿਸਾਨ ਸਾਡੇ ਨਾਲ ਨੇ, ਗੱਲਬਾਤ ਕਰਾਂ ਜੇ, ਕੀ ਨਾਂ ਜੀ ਤੁਹਾਡਾ? ਕਰਮਜੀਤ ਸਿੰਘ ਜੀ। ਕਰਮਜੀਤ ਸਿੰਘ ਜੀ, ਗੱਲ ਕਰੀਏ ਬਾਈ ਦੀਆਂ ਚੋਣਾਂ ਆ ਗਈਆਂ, ਕਾਫੀ ਸਿਆਸੀ ਪਾਰਟੀਆਂ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਵੋਟਾਂ ਮੰਗਣ ਜਾ ਰਹੀਆਂ ਕਿ ਸਾਨੂੰ ਵੋਟਾਂ ਪਾਓ, ਤੁਹਾਡੇ ਰਾਏਕੋਟ ਦੀ ਗੱਲ ਕਰੀਏ ਤਾਂ ਰਾਏਕੋਟ 'ਚ ਕਿਸ ਤਰ੍ਹਾਂ ਦੀ ਸਥਿਤੀ ਚੱਲ ਰਹੀ ਹੈ ਚੋਣਾਂ ਨੂੰ ਲੈ ਕੇ? ਰਾਏਕੋਟ ਦੀ ਸਥਿਤੀ ਇਉਂ ਆ ਜੀ, ਦੇਖੋ ਆਮ ਆਦਮੀ ਪਾਰਟੀ ਦਾ ਪਹਿਲਾਂ ਸਾਡੇ MLA ਰਹੇ ਨੇ ਜਗਤਾਰ ਸਿੰਘ ਜੱਗਾ ਜੀ, ਉਹਨਾਂ ਨੇ ਵੀ ਮੁੱਖ ਮੰਤਰੀ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਛੱਡਤੀ, ਨਾ ਤਾਂ ਹੁਣ ਇੱਥੇ ਆਮ ਆਦਮੀ ਪਾਰਟੀ ਦਾ ਕੋਈ ਕੈਂਡੀਡੇਟ ਆ, ਜੋ ਇੱਕ ਦੋ ਹੈਗੇ ਨੇ ਉਹ ਖਿੱਚਾ ਤਾਣ 'ਚ ਲੱਗੇ ਹੋਏ ਨੇ। ਫਿਰ ਕਰੀਏ ਅਕਾਲੀ ਦਲ ਦੀ ਗੱਲ, ਅਕਾਲੀ ਦਲ ਨੂੰ ਇੱਥੇ ਸੀਟ ਬਸਪਾ ਲੈ ਗਈ, ਉਹਨੇ ਛੱਡਣ ਕਰਕੇ ਇੱਥੇ ਅਕਾਲੀ ਦਲ ਦਾ ਵੀ ਕੋਈ ਪ੍ਰਭਾਵ ਨਹੀਂ ਰਿਹਾ, ਉਹਦੇ ਕਰਕੇ ਹੁਣ ਜੋ ਵੀ ਹੈਗਾ ਡਾਕਟਰ ਅਮਰ ਸਿੰਘ ਨੇ, MLA ਨੇ, MP ਸਾਹਿਬ ਨੇ, ਉਹਨਾਂ ਨੇ ਬੇਟਾ ਜੀ ਨੇ, ਵਧੀਆ ਵਿਕਾਸ ਰਾਏਕੋਟ ਦਾ ਹੋਇਆ, ਉਹਦੇ ਕਰਕੇ ਸ਼ਹਿਰ ਦਾ ਵਿਕਾਸ, ਪਿੰਡਾਂ ਦਾ, ਜੋ ਸਾਡੇ ਡਿਵੈਲਪਮੈਂਟ ਇੱਕ ਹੀ ਹੋਈ ਆ, ਅੱਗੇ ਪਿਛਲੇ 40 ਸਾਲਾਂ 'ਚ ਵੀ ਕਦੇ ਕੋਈ ਇਹੋ ਜਿਹਾ ਕੰਮ ਨਹੀਂ ਹੋਇਆ ਜੀ। ਤੁਸੀਂ ਜਗਤਾਰ ਸਿੰਘ ਜੱਗਾ ਦੀ ਗੱਲ ਕੀਤੀ, ਆਮ ਆਦਮੀ ਪਾਰਟੀ ਕਹਿ ਰਹੀ ਪੰਜਾਬ 'ਚ ਸਰਕਾਰ ਬਣਾਵਾਂਗੇ, ਤੁਹਾਨੂੰ ਲੱਗਦਾ ਆਮ ਆਦਮੀ ਪਾਰਟੀ ਤੁਹਾਡੇ ਰਾਏਕੋਟ 'ਚ ਜਾਂ ਪੰਜਾਬ 'ਚ ਕਾਮਯਾਬ ਹੋਵੇਗੀ? ਪਹਿਲਾਂ 20 ਸੀਟਾਂ ਲੈ ਗਏ ਜੀ, 1-20 ਵੀ ਨਹੀਂ ਮਿਲਦੀਆਂ, ਅੱਗੇ ਵਿਰੋਧੀ ਧਿਰ 'ਚ ਬਹਿ ਗਏ ਸੀਗੇ, 1 ਤਾਂ ਵਿਰੋਧੀ ਧਿਰ 'ਚ ਵੀ ਬੈਠਣ ਯੋਗ ਨਹੀਂ ਹੈਗੇ। ਕੀ ਤੁਹਾਨੂੰ ਲੱਗਦਾ ਹੈ ਕਿ ਜਗਤਾਰ ਸਿੰਘ ਜੱਗਾ ਆਮ ਆਦਮੀ ਪਾਰਟੀ ਕਿਉਂ ਛੱਡੀ, ਕੀ ਕਾਰਨ ਹੈ ਕਾਂਗਰਸ ਜੁਆਇਨ ਕਰਨ ਦਾ? ਉਹਨੇ ਮੁੱਖ ਮੰਤਰੀ CM ਚੰਨੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਛੱਡੀ ਆ, ਜੇ ਉਹਨੂੰ ਚੰਗਾ ਲੱਗਿਆ ਤਾਂ ਛੱਡੀ ਆ, ਉਹ ਤਾਂ ਖੁਦ ਆਪਣੇ ਆਪ ਮੂੰਹੋਂ ਮੂੰਹੀ ਕਹੀ ਜਾਂਦਾ ਜੀ, ਉੱਠ ਕੇ ਵੀ ਲੋਕ ਸਭਾ ਵਿਧਾਨ ਸਭਾ 'ਚ ਉਹਨੇ ਇਹ ਗੱਲ ਕਹੀ ਆ ਵੀ ਮੈਂ ਤਾਂ ਇਹ ਪਾਰਟੀ ਛੱਡ ਰਿਹਾ ਜਾਂ ਮੈਂ ਇਹਦਾ ਫੈਨ ਹੋਇਆ, ਵੀ ਅੱਜ ਜੇ ਪਿਛਲੇ 4.5 ਸਾਲ 'ਚ ਨਹੀਂ ਉਹਨਾਂ ਨੇ ਕੰਮ ਕੀਤੇ ਜੋ ਇਹਨਾਂ ਨੇ 4 ਹਫ਼ਤਿਆਂ ਦੇ ਵਿੱਚ ਕਰਕੇ ਦਿਖਾਤੇ। ਕੇਜਰੀਵਾਲ ਕਹਿ ਰਿਹਾ ਪੰਜਾਬ 'ਚ ਸਰਕਾਰ ਬਣਾਵਾਂਗੇ, ਭਗਵੰਤ ਮਾਨ ਵੀ ਕਹਿ ਰਿਹਾ ਵੀ ਕਾਫੀ ਦਾਅਵੇਦਾਰੀ ਕਰ ਰਹੇ ਆ, ਹੋਰ ਵੀ ਵਿਧਾਇਕ ਜਿਹੜੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਰਕੇ ਕਾਂਗਰਸ ਦੇ ਵਿੱਚ ਜੁਆਇਨ ਹੋ ਰਿਹਾ, ਕਿਵੇਂ ਵੇਖਦੇ ਹੋ ਤੁਸੀਂ? ਕਹਿਣ ਨੂੰ ਤਾਂ ਮੈਂ ਕਹੀ ਜਾਊਂਗਾ ਜੀ ਵੀ ਮੈਂ ਆਹ ਕਰ ਦੂੰਗਾ, ਉਹ ਜੇ ਕਰੇ ਤਾਂ ਹੋਊਗਾ ਨਾ, ਜਿਵੇਂ ਹੁਣ ਕਰਿਆ ਹੋਇਆ, ਜਿਹੜਾ ਨਹੀਂ 4.5 ਸਾਲ ਦੇ ਵਿੱਚ ਹੋਇਆ ਉਹ 4 ਮਹੀਨਿਆਂ ਦੇ ਵਿੱਚ ਕੰਮ ਹੋਣ ਲੱਗਿਆ। ਜੇ ਲੋਕ ਅੱਜ ਚਾਹੁੰਦੇ ਆ ਕਾਂਗਰਸ ਨੂੰ ਰਿਪੀਟ ਮਾਰਨ ਚੱਲੀ ਆ, ਤਾਂ ਇਸ ਕਰਕੇ ਹੀ ਆ ਨਾ, ਜੇ ਵਿਕਾਸ ਹੋਇਆ, ਜੋ ਕੰਮ ਹੋਇਆ ਦਿਖਦਾ ਵੀ ਆ, ਗਰਾਊਂਡ ਲੈਵਲ 'ਤੇ ਵੀ ਆ, ਇੱਕ ਰਾਜੇ ਵਾਂਗੂ ਨਹੀਂ ਸੀਗਾ ਵੀ ਉੱਪਰ ਲੈਵਲ ਕੀਤੇ ਆ, ਜੋ ਚੰਨੀ ਸਾਹਿਬ ਨੇ ਕੀਤਾ ਉਹ ਥੱਲੇ ਤੋਂ ਲੈ ਕੇ ਕੀਤੇ ਆ। ਜਗਤਾਰ ਸਿੰਘ ਜੱਗਾ ਦੀ ਗੱਲ ਕਰੀਏ, ਤੁਹਾਨੂੰ ਲੱਗਦਾ ਕਿ ਉਹਨਾਂ ਨੇ ਮਜਬੂਰੀਆਂ ਖਾਤਰ ਕਾਂਗਰਸ ਜੁਆਇਨ ਕੀਤੀ ਹੈ ਅਤੇ ਮਜਬੂਰੀਆਂ ਖਾਤਰ ਹੀ ਆਮ ਆਦਮੀ ਛੱਡੀ ਆ? ਨਹੀਂ ਨਹੀਂ, ਉਹਨਾਂ ਦੀ ਕਿਹੜੀ ਮਜਬੂਰੀ ਸੀ, ਮਜਬੂਰੀ ਕੋਈ ਨਹੀਂ ਸੀ, ਉਹਨਾਂ ਨੇ ਤਾਂ ਇੱਕ ਦੇਖਿਆ ਇਹ ਗੱਲ ਦਾ ਵੀ ਵਿਕਾਸ ਹੋ ਰਿਹਾ, ਵੀ ਜੇ ਇਹਦੇ ਨਾਲ ਜੁੜਨ 'ਚ ਤਾਂ ਵੀ ਇੱਜ਼ਤ, ਜੇ ਚੰਗਾ ਕੰਮ ਕਰਾਂਗੇ ਤਾਂ ਉਹ 'ਚ ਇੱਜ਼ਤ ਉਹਦੀ ਵੀ ਬਣਦੀ ਹੈ ਨਾ।
ਹੁਣ ਉਹਨਾਂ ਕੋਲੇ ਕੀ ਸੀ ਜਾਂ ਪਹਿਲਾਂ ਕੀ ਸੀ ਜਾਂ ਸਾਡੇ 4 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਤੁਹਾਡੇ ਐਮਐਲਏ ਰਹੇ ਨੇ ਰਾਏਕੋਟ ਦੇ ਕਿੰਨਾ ਕੁ ਵਿਕਾਸ ਹੋਇਆ? ਕੁਛ ਵੀ ਨਹੀਂ ਹੋਇਆ ਜੀ, ਅਸੀਂ ਫੁੱਲ ਮਦਦ ਕੀਤੀ ਸੀ ਉਦੋਂ ਵੀ ਉਹਨਾਂ ਨੇ ਕੀਤੀ, ਜਦੋਂ ਹਵਾ ਸੀ ਉਹਨਾਂ ਟਾਈਮਾਂ ਦੇ ਵਿੱਚ ਨਹੀਂ ਵਿਕਾਸ ਹੋਇਆ ਜਾਂ ਐਮਐਲਏ ਨਹੀਂ ਬਣੇ, ਹੁਣ ਤਾਂ ਕੋਈ ਸੋਚਣ ਵਾਲੀ ਗੱਲ ਹੀ ਨਹੀਂ ਰਹੀ। ਦੁਬਾਰਾ ਆ ਗਿਆ, ਤੁਹਾਨੂੰ ਲੱਗਦਾ ਰਾਏਕੋਟ ਦੇ ਵਾਸੀ ਫਿਰ ਦੁਬਾਰਾ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਸਕਦੇ? ਜਮੇ ਨਹੀਂ, ਕਿਤੇ ਨੇੜ ਤੇੜ ਵੀ ਨਹੀਂ ਲੱਗਦੀ। ਲੋਕਾਂ ਨੂੰ ਵਿਕਾਸ ਕਰਾਵਾ ਦਿੰਦਾ, ਹੁਣ ਇਹ ਗੱਲ ਤਾਂ ਦਿੰਦੀ ਆ ਨਾ ਮੂਹਰੇ ਆ। ਭਾਈ ਦੇ ਵਿੱਚ ਪੰਜਾਬ 'ਚ ਕਿਹਦੀ ਸਰਕਾਰ ਬਣ ਜਾ ਰਹੀ? ਰਿਪੀਟ ਮਾਰੂ ਜੀ, ਕਾਂਗਰਸ ਹੀ ਮਾਰੂ, ਰਿਪੀਟ ਮਾਰੂ। ਧੰਨਵਾਦ। ਇਹ ਸਨ ਰਾਏਕੋਟ ਵਾਸੀ ਲੋਕ ਜਿਨ੍ਹਾਂ ਦੇ ਨਾਲ ਅਸੀਂ ਅੱਜ ਹਾਲ ਹਲਕੇ ਦਾ ਪ੍ਰੋਗਰਾਮ ਲੈ ਕੇ ਵਿਸ਼ੇਸ਼ ਗੱਲਬਾਤ ਕੀਤੀ, ਜਿਨ੍ਹਾਂ ਦਾ ਕਹਿਣਾ ਹੈ ਕਿ 2017 ਦੇ ਵਿੱਚ ਜਗਤਾਰ ਸਿੰਘ ਜੱਗਾ ਇੱਥੋਂ ਐਮਐਲਏ ਬਣਦੇ ਨੇ, ਪਰ ਉਹ ਆਪਣੇ ਲਫ਼ਜ਼ਾਂ ਤੇ ਆਪਣੇ ਵਾਅਦਿਆਂ ਤੇ ਖਰੇ ਨਹੀਂ ਉਤਰੇ। ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੀਆਂ ਲੱਤਾਂ ਖਿੱਚੀਆਂ ਜਾ ਰਹੀ ਸੀ, ਜਿਸ ਨੂੰ ਲੈ ਕੇ ਮੁੱਖ ਮੰਤਰੀ ਚੰਨੀ ਦੇ ਚੰਗੇ ਕੰਮਾਂ ਨੂੰ ਲੈ ਕੇ ਜਗਤਾਰ ਸਿੰਘ ਜੱਗਾ ਜਿਹੜੇ ਨੇ ਕਾਂਗਰਸ ਵਿੱਚ ਸ਼ਾਮਲ ਹੁੰਦੇ ਨੇ, ਤਾਂ 2022 ਦੇ ਵਿੱਚ ਰਾਏਕੋਟ ਹਲਕੇ ਦੇ ਵਿੱਚੋਂ ਕਾਂਗਰਸ ਜਿਹੜੀ ਆ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰੇਗੀ। ਕੈਮਰਾਮੈਨ ਮਣੀ ਦੇ ਨਾਲ ਜਗਤਾਰ ਸਿੰਘ ਮਾਲਾ, ਸਕਾਈ ਨਿਊਜ਼ ਪੰਜਾਬ, ਰਾਏਕੋਟ।